ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਗੁਰਪ੍ਰੀਤ। ਅੱਜ ਮੈਂ ਲੈ ਗਈ ਹਾਂ ਭੰਗੜੇ ਦਾ ਨਿਆ ਸਟੈਪ, ਜੋ ਬਹੁਤ ਹੀ ਈਜ਼ੀ ਹੈ ਐਂਡ ਬਹੁਤ ਹੀ ਐਲੀਗੈਂਟ ਆ, ਤੇ ਇਹਨੂੰ ਬਹੁਤ ਹੀ ਆਸਾਨੀ ਨਾਲ ਤੁਸੀਂ ਸਿੱਖ ਸਕਦੇ ਹੋ। ਬਹੁਤ ਹੀ ਈਜ਼ੀ ਸਟੈਪ ਆ। ਹੁਣ ਆ ਸਟੈਪ ਕਰਦੇ ਹਾਂ, ਤੇ ਇੱਥੇ ਮੈਂ ਸਟਾਰਟ ਕਰ ਰਹੀ ਹਾਂ ਲੈਫਟ ਲੈਗ ਤੋਂ, ਤੇ ਇਹਨੂੰ ਲੈਫਟ ਲੈਗ ਥੋੜ੍ਹਾ ਜਿਹਾ ਸਾਈਡ 'ਤੇ, ਫਿਰ ਰਾਈਟ, ਫਿਰ ਲੈਫਟ, ਫਿਰ ਰਾਈਟ, ਬਸ ਇੱਦਾਂ ਹੀ ਇਹਨੂੰ ਚੇਂਜ ਕਰਦੇ ਰਹਿਣਾ ਹੈ ਪੈਰ ਨੂੰ। ਆ ਹੋ ਗਿਆ ਸਟੈਪ। ਜਦੋਂ ਇਹਨੂੰ ਸਟੈਪ ਨੂੰ ਚੇਂਜ ਕਰਨਾ ਹੈ ਪੈਰ ਨੂੰ, ਤੇ ਤੁਸੀਂ ਦੂਸਰੇ ਪੈਰ ਤੇ ਜੰਪ ਕਰਨਾ ਹੈ। ਆ 1, 2, 3, 4, 5, 6, 7 and 8। ਤੇ ਜਦੋਂ ਤੁਸੀਂ ਥੋੜਾ ਜਿਹਾ ਟਰਨ ਕਰਨਾ ਹੈ, ਜਿਹੜਾ ਪੈਰ ਤੁਹਾਡਾ ਅੱਗੇ ਜਾਏਗਾ, ਤੁਸੀਂ ਉਸ ਤਰਫ ਨੂੰ ਥੋੜਾ ਜਿਹਾ ਤੁਸੀਂ ਉਸ ਤਰਫ ਨੂੰ ਟਰਨ ਹੋਣਾ ਹੈ ਇਸ ਤਰੀਕੇ ਨਾਲ। ਆ ਹੋ ਗਿਆ। ਆ ਬਹੁਤ ਹੀ ਈਜ਼ੀ ਹੈ ਸਟੈਪ। ਤੇ ਹੁਣ ਇਹਦਾ ਹੈਂਡਵਰਕ ਦੱਸਦੇ ਆ। ਤੇ ਹੈਂਡਵਰਕ 'ਚ ਨੋਰਮਲੀ ਜਦੋਂ ਮੈਂ ਆਹ ਵਾਲਾ ਪੈਰ ਲੈਫਟ ਵਾਲਾ ਜਦੋਂ ਅੱਗੇ ਕਰੂੰਗੀ, ਤੇ ਉਹਦੇ ਨਾਲ 1, 2 ਆ ਗਿਆ, 1, 2 ਤੇ ਆਹ ਪੈਰ ਹੋ ਗਿਆ ਮੇਰਾ ਥੋੜਾ ਜਿਹਾ ਅੱਗੇ, ਤੇ ਮੈਂ ਉਸ ਤਰ੍ਹਾਂ ਥੋੜਾ ਜਿਹਾ ਟਰਨ ਹੋਈ ਆ, ਤੇ ਉਹ ਮੈਂ ਹੱਥ ਆਪਣਾ ਇਹਨੂੰ ਗੋਲ ਘੁਮਾ ਕੇ, ਆਹ ਹੱਥ ਨੂੰ ਗੋਲ ਘੁਮਾ ਕੇ ਸਿੱਧੇ ਕੀਤੇ ਆ। 1, 2 ਆ ਹੋ ਗਿਆ ਇਹਦਾ ਹੈਂਡਵਰਕ। ਤੇ ਹੁਣ ਇਹ ਤੋਂ ਹੈਂਡਵਰਕ ਤੋਂ ਬਾਅਦ ਹੁਣ ਕਰਨਾ ਹੈ 1, 2, 3 and 4 ਆ ਹੋ ਗਿਆ ਪੂਰਾ ਸਟੈਪ। ਤੇ ਇਹਨੂੰ ਹੁਣ ਫਿਰ ਤੋਂ ਕਰਦੇ ਆ 1, 2, 3 and 4, 1, 2, 3 and 4, 1, 2, 3 and 4, 1, 2, 3 and 4। ਬਹੁਤ ਹੀ ਈਜ਼ੀ ਸਟੈਪ ਆ। ਪਹਿਲਾਂ ਆਪਣਾ ਪੈਰ ਰੱਖਣਾ ਹੈ 1, 2 ਤੇ ਉਹਦੇ ਨਾਲ ਹੀ ਤੁਸੀਂ ਹੱਥ 1, 2, 3 and 4 ਆਹ ਬਹੁਤ ਹੀ ਈਜ਼ੀ ਸਟੈਪ ਆ। ਇਹਨੂੰ ਤੁਸੀਂ ਆਸਾਨੀ ਨਾਲ ਸਿੱਖ ਸਕਦੇ ਹੋ, ਤੇ ਅਗਰ ਇਹਨੂੰ ਤੁਸੀਂ ਥੋੜੀ ਜਿਹੀ ਪ੍ਰੈਕਟਿਸ ਕਰੋਗੇ, ਤੇ ਤੁਸੀਂ ਇਹ ਸਟੈਪ ਤੁਸੀਂ ਉਹਨੇ 'ਚ ਹੀ ਦੇਖਣ ਜੀ, ਇੱਕ ਦੋ ਵਾਰ ਤੁਸੀਂ ਵੀਡੀਓ ਦੇਖੋਗੇ ਤੇ ਤੁਹਾਨੂੰ ਉਦਾਂ ਹੀ ਯਾਦ ਹੋ ਜਾਏਗਾ ਇਹ ਸਟੈਪ। ਤੇ ਤੁਸੀਂ ਇਹ ਸਟੈਪ ਨੂੰ ਭੰਗੜੇ 'ਚ ਇਨਕਲੂਡ ਕਰੋ, ਬਹੁਤ ਹੀ ਈਜ਼ੀ ਸਟੈਪ ਆ। ਇਹਨੂੰ ਤੁਸੀਂ ਆਪਣੇ ਭੰਗੜੇ 'ਚ ਇਨਕਲੂਡ ਕਰੋਗੇ, ਤੇ ਤੁਹਾਡੇ ਜਿੰਨੇ ਥੋੜੇ ਬਹੁਤ ਸਟੈਪ, ਅਗਰ ਤੁਸੀਂ ਬਿਗਨਰਸ ਹੋ ਤੇ ਆਪਣੇ ਤੁਹਾਨੂੰ ਜੋ ਥੋੜੇ ਬਹੁਤ ਸਟੈਪਸ ਆਉਂਦੇ ਆ ਉਹਦੇ ਨਾਲ ਇਹਨੂੰ ਇਨਕਲੂਡ ਕਰੋਗੇ, ਤੇ ਤੁਹਾਡਾ ਉਹ ਭੰਗੜੇ ਦੇ ਸਟੈਪਸ ਹੀ ਵਧਣਗੇ। ਐਂਡ ਆ ਬਹੁਤ ਹੀ ਐਲੀਗੈਂਟ ਸਟੈਪ ਆ। ਤੇ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ। ਤੁਹਾਨੂੰ ਅਗਰ ਇਹ ਵੀਡੀਓ ਵਧੀਆ ਲੱਗੀ ਹੋਵੇ ਤੇ ਮੇਰੀ ਵੀਡੀਓ ਨੂੰ ਲਾਈਕ ਕਰਿਓ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਜਲਦੀ ਮਿਲਦੇ ਆਪਣੀ ਨਵੀਂ ਵੀਡੀਓ, ਤਦ ਤੱਕ ਬਾਏ।